ਕਾਂਗਰਸ ਪਾਰਟੀ ਵਿੱਚ ਪਿਛਲੇ ਕਈ ਸਮੇਂ ਤੋਂ ਅਜਿਹੇ ਬਦਲਾਅ ਤੇ ਪੁਚਾਲ ਦੇਖਣ ਨੂੰ ਮਿਲ ਰਹੇ ਨੇ ਕਿ ਕਾਂਗਰਸ ਪਾਰਟੀ ਨੇ ਹੀ ਸਿਆਸੀ ਜਗਤ ਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰੱਖਿਆ ਹੈ। ਪਿਛਲੇ ਕੁਝ ਦਿਨਾਂ ਤੋਂ ਜੋ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰਦਾ ਹੈ ਉਸ ਨੂੰ ਪਾਰਟੀ ਬਾਹਰ ਦਾ ਰਸਤਾ ਦਿਖਾ ਰਹੀ ਹੈ। ਫਿਰ ਚਾਹੇ ਉਹ 3 ਵਾਰ ਪਾਰਟੀ 'ਚੋਂ ਐਂਟਰੀ ਕਰ ਚੁੱਕੇ ਜਗਮੀਤ ਬਰਾੜ ਹੀ ਕਿਉਂ ਨਾ ਹੋਣ। ਵੀਰ ਦਵਿੰਦਰ ਸਿੰਘ ਪੀਟਰ ਸੰਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਅਗਲਾ ਨਿਸ਼ਾਨਾ ਜਗਮੀਤ ਬਰਾੜ ਦੇ ਬਣਨ ਦੇ ਪੂਰੇ ਪੂਰੇ ਆਸਾਰ ਬਣ ਗਏ ਸਨ, ਜਿਨ੍ਹਾਂ ਤੋਂ ਪਰਦਾ ਹੁਣ ਉੱਠ ਚੁੱਕਾ ਹੈ ਤੇ 3 ਵਾਰ ਪਾਰਟੀ ਤੋਂ ਬਰਖਾਸਤ ਕੀਤੇ ਗਏ ਜਗਮੀਤ ਬਰਾੜ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਸਿਰਦਰਦੀ ਬਣੇ ਤਾਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਸ਼ਕੀਲ ਅਹਿਮਦ ਨੇ ਜਗਮੀਤ ਬਰਾੜ ਦੀ ਬਰਖਾਸਤਗੀ ਦਾ ਸੁਨੇਹਾ ਜਿਵੇਂ ਹੀ ਭੇਜਿਆ ਉਵੇਂ ਬਰਾੜ ਨੇ ਵੀ ਫੋੜ ਦਿੱਤਾ ਟਵਿੱਟਰ ਬੰਬ ਤੇ ਆਖਿਆ ਕਿ ਉਹ ਜਲਦ ਹੀ ਸੂਬੇ ਦੇ 60 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਕਰਨਗੇ ਜੋ 21 ਮਈ 2016 ਤੱਕ ਨੂੰ ਪੂਰੀ ਹੋਵੇਗੀ ਤੇ ਇਸੇ ਦਿਨ ਬਰਾੜ ਚੱਪੜ ਚਿੜੀ ਦੇ ਇਤਿਹਾਸਕ ਮੈਦਾਨ ਦੇ ਵਿੱਚ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਨਗੇ ਤੇ ਇਕੱਠ ਨੂੰ ਉਹ ਆਪਣੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਅਹਿਮ ਭਾਸ਼ਣ ਦੇਣਗੇ। ਇਹ ਖਾਮਿਆਜ਼ਾ ਆਖਿਰਕਾਰ ਜਗਮੀਤ ਬਰਾੜ ਨੂੰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਣ ਦਾ ਭੁਗਤਣਾ ਪਿਆ। I don't want to damage the party remaining in the party. I will be the last person to damage the party. I am not damaging the party. I am raking up only the issues or taking up or consolidating or expressing my solidarity with the issues. That let's save Congress. I am doing my last ditch effort. And I have told you categorically, I don't want anything from Amrinder. I don't want any position from Amrinder. I don't want any office from Amrinder. Let there be a party unity under the leadership of 15 senior leaders. I have named them. I have named them. If these 15 people say that Jagmeet Singh's expulsion is a must from the Congress, I will bow my head. I will bow my head. Main aapda sir chuka diya. ਫਿਲਹਾਲ ਕਾਫੀ ਸਮੇਂ ਤੋਂ ਜਗਮੀਤ ਬਰਾੜ ਦੇ ਵੱਲੋਂ ਆਪ ਪਾਰਟੀ ਨੂੰ ਪਹਿਲੇ ਨੰਬਰ ਤੇ ਰੱਖੇ ਜਾਣ ਦਾ ਇਸ਼ਾਰਾ ਤਾਂ ਬਿਆਨ ਕਰ ਹੀ ਰਿਹਾ ਸੀ ਕਿ ਜਗਮੀਤ ਬਰਾੜ ਪਹਿਲਾਂ ਤੋਂ ਆਪਣੀ ਬਰਖਾਸਤਗੀ ਤੋਂ ਬਾਅਦ ਦੀ ਜਗ੍ਹਾ ਬਣਾ ਰਹੇ ਨੇ। ਫਿਲਹਾਲ ਹੋ ਸਕਦਾ ਹੈ ਕਿ 21 ਮਈ ਨੂੰ ਚੱਪੜ ਚਿੜੀ ਦੇ ਇਕੱਠ ਤੇ ਕੋਈ ਹੋਰ ਰਸਮੀ ਐਲਾਨ ਜਾਂ ਕੋਈ ਹੋਰ ਰਾਜਨੀਤਿਕ ਵਿਕਲਪ ਹੀ ਜਨਤਾ ਨੂੰ ਮਿਲ ਜਾਏ। ਨਿਊਜ਼ ਟੈਕਸ ਤੋਂ ਸ਼ੈਰੀ ਗੌਰਵਾ ਦੇ ਨਾਲ ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।